ਸ੍ਰੀਕਾਲ ਜੀ, ਮੈਂ ਹਾਂ ਜਸ ਢਿੱਲੋਂ। ਫਿਲਮ ਆ ਰਹੀ ਹੈ ਸਾਡੀ ਪੋਸਤੀ 20 ਮਾਰਚ 2020 'ਚ, ਅਤੇ ਇਹਦੇ ਵਿੱਚ ਮੈਂ ਜਸ਼ਨ ਦਾ ਕਰੈਕਟਰ ਪਲੇ ਕਰ ਰਿਹਾ। ਬਹੁਤ ਹੀ ਘੈਂਟ ਅਤੇ ਦਮਦਾਰ ਕਰੈਕਟਰ ਇਹ MLA ਦਾ ਮੁੰਡਾ ਹੁੰਦਾ, ਕੈਨੇਡਾ ਤੋਂ ਪੜ੍ਹ ਕੇ ਆਉਂਦਾ। ਅੱਗੇ ਤੁਸੀਂ ਸਿਨੇਮੇ 'ਚ ਜਾ ਕੇ ਦੇਖਿਓ ਇਹਨੂੰ। ਬਹੁਤ ਹੀ, ਚਲੋ ਹਰ ਆਰਟਿਸਟ ਇਹੀ ਕਹਿੰਦਾ ਹੁੰਦਾ ਵੀ ਸਾਡੀ ਫਿਲਮ ਡਿਫਰੈਂਟ ਆ। ਇਹ ਫਿਲਮ ਵਾਕਿਆ ਹੀ ਡਿਫਰੈਂਟ ਆ, ਇੱਕ ਮੁੱਦੇ ਦੀ ਫਿਲਮ ਆ, ਪੰਜਾਬ ਦੇ ਮੁੱਦੇ ਦੀ ਫਿਲਮ ਆ। ਸੋ ਸਿਨੇਮਾ ਘਰਾਂ ਦੇ ਵਿੱਚ ਜ਼ਰੂਰ ਜਾ ਕੇ ਦੇਖਿਓ 20 ਮਾਰਚ 2020 ਨੂੰ ਪੋਸਤੀ।